سبسكرايب كلا لايك كلا لايك كنا لايك كنا نهي بولنا لايك اور سبسكرايب کر کے جانا ٹھیک ہے اللہ حافظ مکائی نا نہیں پکی چلیاں چلیاں کدا دی ہیں نا ادا کر کے اپا ویلے ہونے نا خالی کچا مال ہے پکن دے آئی ہیں دودھی نے جنوں اپا دودھی کہندے نا دودھی چلیاں اول مقطور ايوا لا هذا ما في زين بلا في زين هذا داخل كله سكر شوف ايوه زين هذا هلا خليه هذا هلا بناكله زياده موجود داخل بلاد ملانا الا شو قالوا علي عملنا هيك لا في صايم هلا روزه أنا روزه عرفت 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 هيك انا عرفت ايوه كي اكي بي هولي هولي انا بدي اكھا کے دکھا انو پتہ لگے کتنا جو پیڑا ہے سانو سارا پتہ سانو پتہ ساڈے میں تیر السلام علیکم سارے دوستاں نو جڑے جڑے ساڈے نال پنجابی لہر چینل تے مختلف ولاگ جڑے تہاڈے روبرو کردے رہی دا تے اج دا ولاگ بڑا خاص تے سپیشل میں اس ویلے یو اے ای تے کیونکہ پنڈ ویکھن دا سانو شوق ہوندا پنڈاں دی لائف ویکھن دا سو یو اے ای دے پنڈ جڑے نے او کس طرح دے نے ایتھوں دی کھیتی دی گل کردے ہیں ایتھے کی بیجدے نے جڑے کوئی ذمہ داراں نال جڑے نے یا اس طرح دا کم کردے نے سو انہاں نوں آندے مزرے ایتھے جڑے او زمیناں یا ڈیرے انہاں نوں مزرے کہندے ਅੱਜ ਅਸੀਂ ਉਹਨਾਂ ਪਿੰਡਾਂ 'ਚ ਯੂ ਏ ਈ ਦੇ ਅਬੂ ਧਾਬੀ ਦੇ ਪਿੰਡਾਂ 'ਚ ਹਾਂ ਅਤੇ ਤੁਹਾਨੂੰ ਵਿਖਾਉਂਦੇ ਇੱਥੋਂ ਦਾ ਰਹਿਣ ਸਹਿਣ ਇਹਨਾਂ ਦੇ ਪਿੰਡਾਂ ਦਾ ਇਹ ਇਹਨਾਂ ਦੇ ਮਜ਼ਰਿਆਂ ਦਾ ਡੇਰਿਆਂ ਦਾ ਕਿਸ ਤਰ੍ਹਾਂ ਦਾ ਅਤੇ ਸਾਡੇ ਨਾਲ ਜੀ ਅਫਾਨ ਬਾਈ ਆਪਣੇ ਸ਼ਹਿਰ ਤੋਂ ਨੇ ਅਤੇ ਇਹਨਾਂ ਦੇ ਇੱਥੇ ਦੋਸਤ ਨੇ ਉਹਨਾਂ ਦਾ ਆਹ ਸ਼ੁਰੂ ਹੋ ਗਿਆ ਇਹਨਾਂ ਦੇ ਨਾ ਵੈਸੇ ਤਾਂ ਮੈਂ ਰਹਿੰਦਾ ਹਾਂ ਪਿੱਛੋਂ ਬੜਾ ਵਧੀਆ ਨਾ ਸਾਡੇ ਉਹ ਪਿੰਡਾਂ ਵਾਲਾ ਮਾਹੌਲ ਬੜਾ ਵਧੀਆ ਪਿੰਡਾਂ ਵਾਲਾ ਹੀ ਮਾਹੌਲ ਆ ਸਾਰੇ ਪਿੰਡ ਹੀ ਆ ਸਮਝ ਲਓ ਇਹਨਾਂ ਨੇ ਸਿਰਫ ਵਲੇ ਆ ਇਕੱਲੇ ਇਹਨਾਂ ਨੂੰ ਕੀ ਆਉਂਦੇ ਇਸ ਏਰੀਏ ਦਾ ਨਾਂ ਕੀ ਇਹਦਾ ਨਾਂ ਜੀ ਅਲ ਖਤਮ ਆ ਏਰੀਏ ਦਾ ਨਾਮ ਅਲ ਖਤਮ ਹਾਂਜੀ ਅਲ ਖਤਮ ਦੇ ਮਜ਼ਰੇ ਕਹਿੰਦੇ ਇਹਨਾਂ ਨੂੰ ਹਾਂ ਲਓ ਜੀ ਅਲ ਖਤਮ ਆ ਨਾ ਇੱਥੇ ਆ ਵੀ ਇਹ ਜਿਹੜੇ ਡੇਰੇ ਡੂਰੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੇ ਸਾਰੀਆਂ ਤਕਰੀਬਨ ਵਾਲੀਆਂ ਆਪੋ ਆਪਣੀਆਂ ਤੇ ਉਹ ਨੰਬਰ ਵੀ ਲਾਏ ਸਰਕਾਰੀ ਨੰਬਰ ਲੱਗਦੇ ਮੈਨੂੰ ਇਹ ਵੀ ਦੇਖੋ ਸਰਕਾਰੀ ਨੰਬਰ ਵੀ ਹੈ ਤੇ ਨਾਲ ਬਿਜਲੀ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਹਰ ਮਤਲਬ ਜਗ੍ਹਾ ਤੇ ਬਿਜਲੀ ਪਹੁੰਚਾਈ ਆ ਰਸਤੇ ਕਿਸ ਇੱਥੇ ਖੰਬੇ ਵੀ ਇੱਥੇ ਵੇਖੀ ਖੰਬੇ ਉੱਥੇ ਨਹੀਂ ਆ ਗਏ ਹਾਂਜੀ ਪੂਰੇ ਯੂ ਆ ਹੀ ਨਹੀਂ ਦੇਖ ਲਓ ਇਹ ਆ ਖੰਬੇ ਹੈ ਜੀ ਲੱਕੜ ਦੇ ਹਾਂਜੀ ਲੱਕੜ ਦੇ ਖੰਬੇ ਲਓ ਜੀ ਲੱਕੜ ਦੇ ਖੰਬੇ ਤੇ ਟਰਾਂਸਫਾਰਮਰ ਦੇ ਇੰਤਜ਼ਾਮ ਦੇਖੋ ਤੁਸੀਂ ਕਿਹਦਾ ਬਿਹਤਰੀਨ ਹੈ ਇੰਤਜ਼ਾਮ ਬਹੁਤ ਸੋਹਣਾ ਕੀਤਾ ਏਸੀ ਤੁਸੀਂ ਇੱਥੇ ਵੀ ਲਾਏ ਵੱਡੀਆਂ ਟੈਂਕੀਆਂ ਪਾਣੀ ਵਾਲੀਆਂ ਇਹ ਫਾਰਮ ਹੈ ਜੀ ਆਪਣਾ ਇਹ ਆ ਗਿਆ ਫਾਰਮ ਇਹ ਫਾਰਮ ਆ ਕੀ ਨਾਮ ਇਹਨਾਂ ਦਾ ਫਾਰਮ ਦਾ ਫਾਰਮ ਦਾ ਨੰਬਰ 417 417 ਲੇਕਿਨ ਇਹਨਾਂ ਦੇ ਜਿਹੜੇ ਮਾਲਕ ਨੇ ਅਹਿਮਦ ਯੂਸਫ ਅਹਿਮਦ ਯੂਸਫ ਅਹਿਮਦ ਯੂਸਫ ਅਹਿਮਦ ਅਲਹਮਾਦੀ ਹਾਂ ਮੈਨੂੰ ਲੱਗਿਆ ਜਰਾ ਮੈਂ ਇੱਥੋਂ ਵੇਖਣ ਵਾਲਿਆਂ ਨੂੰ ਵਹਾਵਾ ਜਰਾ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਉਹਨਾਂ ਸਬਜ਼ੀਆਂ ਸ਼ਬਜ਼ੀਆਂ ਲਾਈਆਂ ਨੇ ਇਹ ਚਲੋ ਲੰਘ ਜਾਓ ਕਿ ਗੱਡੀ ਆ ਗਈ ਆਹ ਵੇਖੋ ਜੀ ਇੱਥੇ ਵੜਦੇ ਇਹਨਾਂ ਨੇ ਬਹਿਣ ਬੁਣ ਵਾਲਾ ਬੜਾ ਵਧੀਆ ਜਗਾੜ ਬਣਾਇਆ ਵੜਦੇ ਨਾ ਉਹਨਾਂ ਨੇ ਥੱਲੇ ਜਿਹੜਾ ਨਾ ਥੱਲੇ ਉਹ ਰੇਤਾ ਇਹ ਜਿਹੜਾ ਹੁੰਦੀ ਨਾ ਰੰਬਲ ਇੰਡੇ ਇੱਥੋਂ ਨੂੰ ਆਉਂਦੇ ਰੇਤੇ ਨੂੰ ਰੰਬਲ ਰੰਬਲ ਵਿਛਾਈ ਹੈ ਵੜਦੇ ਹੀ ਬਹਿਣ ਵਾਸਤੇ ਉਹ ਛੋਟਾ ਜਿਹਾ ਬਣਾਇਆ ਸਟਾਲ ਜਿਹਾ ਬਹੁਤ ਸੋਹਣਾ ਲਓ ਜੀ ਇਸ ਪਾਸੇ ਸ਼ੁਰੂ ਹੋ ਗਈ ਮੱਕੀ ਤੇ ਪਕਾਵੀ ਮੱਕੀ ਲਾਈ ਆ ਵਾਹ ਤੇ ਵਿੱਚ ਲਾਇਆ ਜੀ ਇਹਨਾਂ ਨੇ ਲਸਣ ਥੋਮ ਆ ਕੇ ਗੰਢੇ ਆ ਨਹੀਂ ਗੰਢੇ ਆ ਤੇ ਮਕਾਈ ਇਹਨਾਂ ਦੀਆਂ ਪੱਕੀ ਛਲੀਆਂ ਛਲੀਆਂ ਕਿੱਦਾਂ ਦੀਆਂ ਜੀ ਇਹਨਾਂ ਦੀਆਂ ਇੱਦਾਂ ਕਰਕੇ ਆਪਾਂ ਵਿਹਲੇ ਹੁੰਦੇ ਨਾ ਖਾਲੀ ਕੱਚਾ ਮਾਲ ਹੈ ਪੱਕਣ ਤੇ ਆਈਆਂ ਵਾ ਹਾਂ ਦੋਧੀ ਨੇ ਜਿਹਨੂੰ ਆਪਾਂ ਦੋਧੀ ਕਹਿੰਦੇ ਨਾ ਦੋਧੀ ਛਲੀਆਂ ਇੱਧਰ ਵੜਦਿਆਂ ਹੀ ਇਹਨਾਂ ਖੱਬੇ ਪਾਸੇ ਬੜਾ ਵੱਡਾ ਬਣਾਇਆ ਵਾ ਸਾਰਾ ਤੁਹਾਨੂੰ ਵਿਖਾਉਂਦਾ ਅਤੇ ਤੋਤੇ ਤੋਤੇ ਰੱਖੇ ਆ ਇੱਧਰ ਫਿਰ ਆ ਬਹਿਣ ਵਾਸਤੇ ਉਹੀ ਜੋ ਪਿੱਛੇ ਵੇਖਿਆ ਇਹ ਮੈਨੂੰ ਲੱਗਦਾ ਇਹਨਾਂ ਡੇਰਾ ਮਜ਼ਰਾ ਨਾ ਜਿਵੇਂ ਕੋਈ ਦੋਸਤ ਦੋਸਤ ਉਹਨੂੰ ਵੱਖਰੇ ਬਹਿਣਾ ਚਾਹੁੰਦੇ ਹੋਣ ਤਾਂ ਫਿਰ ਵੱਖਰੇ ਬਹਿ ਜਾਂਦੇ ਆਹ ਰੱਖੇ ਆ ਤੋਤੇ ਬੜੇ ਸੋਹਣੀਆਂ ਸੋਹਣੀਆਂ ਨਸਲਾਂ ਤੋਤੇ ਵਾਲਾ ਬਣਾਇਆ ਤੇ ਇੱਧਰ ਆ ਗਿਆ ਲੈ ਕੇ ਇਫਤਾਰੀ ਵਾਲਾ ਸਮਾਨ ਸਾਡੇ ਰੋਜ਼ ਹੀ ਚੱਲਣ ਡਿਆ
ਤੇ ਇਫਤਾਰੀ ਦਾ ਸਮਾਨ ਆ ਗਿਆ ਇਹਦੇ ਬੱਚਿਆਂ ਦੇ ਖੇਡਣ ਵਾਸਤੇ ਬਣਾਏ ਝੂਲੇ ਝਾਲੇ ਲਾਏ ਆ ਲਓ ਜੀ ਇਹ UAE ਦਾ ਝੰਡਾ ਝੂਲਦਾ ਤੇ ਇਹ ਲਾਇਆ ਇਹਨਾਂ ਨੇ ਕਮਾਦ ਵੀ ਥੋੜਾ ਥੋੜਾ ਲਾਇਆ ਜੀ ਇੱਕ ਵਾਰ ਪੱਕਾ ਕਮਾਦ ਲੱਗਦਾ ਵਾ ਜਿਹੜਾ ਉਹਨੂੰ ਆਉਂਦੇ ਆਪਾਂ ਉਹ ਕਰੜਾ ਲਾ ਜੀ ਬਤਾਊ ਇਹ ਪਕਾਵੇਂ ਬਤਾਊ ਨਾ ਆਵੇ ਨਾ ਪੱਕਾ ਆਹ ਤੇ ਨੀ ਖਾਣ ਵਾਲੇ ਆ ਆਹ ਤੇ ਵੇਚਣੇ ਤੇ ਨਾ ਹੁੰਦੇ ਨੀ ਇਹ ਆਪਣੇ ਵਾਸਤੇ ਲਾਏ ਵਾ ਲਾਏ ਵਾਵਾ ਮੈਨੂੰ ਲੱਗਦਾ ਵਿਘਾ ਕਿਤੇ ਹੋਣਾ ਹੀ ਆ ਵਿਘਾ ਕਿ ਆ ਜੀ ਇਹਦੇ ਵਿੱਚ ਕੀ ਤੇ ਇੱਧਰ ਬਣਾਇਆ ਜੀ ਇਹਨਾਂ ਫਿਸ਼ ਫਾਰਮ ਕਿਉਂਕਿ ਰੇਤਾ ਇਸ ਤੋਂ ਥੱਲੇ ਛਾਪਰ ਵਿਛਾ ਕੇ ਤੇ ਉਹਨਾਂ ਨੇ ਫਿਸ਼ ਫਾਰਮ ਬਣਾਇਆ ਤੇ ਉੱਥੋਂ ਕਵਰ ਵੀ ਕੀਤਾ ਆਹ ਪਤਾ ਨੀ ਕਾਹਦੇ ਵਾਸਤੇ ਆਹ ਵੀ ਕੋਈ ਸਬਜ਼ੀ ਲਾਈ ਹੈ ਬੂਟੇ ਪਤਾ ਨੀ ਕਾਹਦੇ ਇਹ ਪੁੱਛਦੇ ਅਰਬੀ ਨੂੰ ਆਉਂਦਾ ਨਾ ਉਹਨਾਂ ਦਾ ਉਹਨੂੰ ਪੁੱਛਦੇ ਕੀ ਲੱਗਾ ਇਹ ਜੀ ਨਾਲ ਸ਼ੌਕ ਦਾ ਸ਼ੌਕ ਤੇ ਨਾਲ ਕਾਰੋਬਾਰ ਦਾ ਕਾਰੋਬਾਰ ਇਹ ਜਿਹੜੇ ਮਜ਼ਰੇ ਬਣਾਏ ਨਾਲ ਰੈਂਟ ਆਊਟ ਵੀ ਕਰਦੇ ਕਿਉਂ ਜੀ ਹਾਂਜੀ ਰੈਂਟ ਤੇ ਦਿੰਦੇ ਨੇ ਲੋਕ ਆਪਣੀ ਪਾਰਟੀਜ਼ ਇੱਥੇ ਬਰਥਡੇ ਪਾਰਟੀਜ਼ ਵੈਸੇ ਫੰਕਸ਼ਨਸ ਵਗੈਰਾ ਕਰਦੇ ਹੈਲੋ ਹੈਲੋ ਹਾਊ ਆਰ ਯੂ ਅਲਹਮਦੁਲਿਲਾ ਕਿਹ ਪਤਾ ਇਹਨਾਂ ਨੂੰ ਕੁਝ ਪਤਾ ਹੋਏਗਾ ਇਹਨਾਂ ਨੂੰ ਪਤਾ ਹਾਂਜੀ ਇਹ ਹੈ ਜੀ ਆਪਣਾ ਯਾਰ ਬੇਲੀ ਆ ਅਲੀ ਨਾਮ ਹੈ ਇਹਦਾ ਸੂਰੀਆ ਤੋਂ ਇਹਨਾਂ ਕੋਲੋਂ ਪੁੱਛਦੇ ਆ ਕਿ ਕੀ ਕਹਿੰਦੇ ਨੇ ਇਹਨਾਂ ਨੂੰ ਅਰਬੀ ਦੇ ਵਿੱਚ ਕੀ ਨਾਂ ਨੇ ਨਾ ਸਬਜ਼ੀਆਂ ਦੇ ਨਾਂ ਕੀ ਲੈਂਦੇ ਨੇ ਅਰਬੀ ਸਾਡੇ ਤੇ ਬਤਾਉ ਆਉਂਦੇ ਨਾ ਹਾਂਜੀ ਸਿਸਮ ਹਾਜ਼ਾ ਦਾ ਬਿਲ ਅਰਬੀਆ ਆਦਾ ਇਸਮ ਬੇਤਨ ਜਾਨ ਸ਼ੂਗਰ ਕੈਨ ਉਹ ਇੰਗਲਿਸ਼ لا هذا ما في زين بلا في زين هذا داخل كله سكر شوف ايوه زين هذا ايه هلا خليه هذا هلا بناكله زياده موجود داخل بلاد ملنا الا شو قالوا علي عملنا هيك لا في صايم هلا روزه عرفت هيك انا عرفت كيا كيف هو اليوم اذا بيتا كھا کے دکھا انو پتہ لگے کتنا جو پی رہا ہے سن سارا پتہ سنو پتہ ساتھ میں تیر کبوتر فين ايوه تعال اچھا او کی او بوٹے کا دے یہ خبر نہیں شو او بوٹے کا دے هذا شو خبرني هذا تين تين هذا تين نفس التين هذا داخل موجود قران ايوه والتين والزيتون ايوه زيتون نيجي تين هذا تيني اپنی ایت قران پاک دے وچ تین تین والزيتون کہ تین دے درخت نے اچھا تین دے درخت نے انہاں دا اے فریش ایک کھاندے نے تین دے قران پاک دے وچ ذکر ہے اچھا اے تین ہے هذا شجرة بس هذا صغير شوية يجي كبير يجي كبير سمسم سمسم هذا شوف كبير ايوه كبير هذا درخت سمسم بڑے ہو جاندے ہے یہ چھوٹے درخت نے ہے شوتر سر نام لگیا نہیں ہے یہ تین ہے ہاں جی نہیں پکا کے کھان والا کہ اوویں نہیں نہیں تین اپا جنوں کہندے ہیں اپا کھاندے نہیں لگا کے ایک رسی دے وچ بلیا ہوندا کی انو کہندے پنجابی چ اپ ڈرائی فروٹ دے وچ آندی ہے او نا بھول گیا مینوں ਕੀ ਆਖਿਆ ਫਿਸ਼ ਫਾਰਮ ਦੀ ਫੋਟੋ ਲੈ ਮੈਂ ਕਮਾਦੇ ਵੜਿਆ ਚੂਹਾ ਕੀ ਪੱਖੇ ਦਾ ਆਇਓ ਮਿਰਚਾਂ ਜੀ ਅੱਛਾ ਮਿਰਚਾਂ ਜੀ ਸਬਜ਼ ਮਿਰਚਾਂ ਤੇ ਇਹਨਾਂ ਨੂੰ ਕਹਿੰਦੇ ਨੇ ਖਿਆਰ ਹਾਂ ਵੇਖੋ ਤੁਸੀਂ
ਛੋਟੀ ਛੋਟੀ ਲੱਗੀਆਂ ਮੈਨੂੰ ਦਿਖਾਓ ਜੀ ਦਿਖਾ ਸਕਦੇ ਹੋ ਨਾਲੋਂ ਮੁਖਿਆ ਉਹ ਥੱਲੇ ਲੱਗੀਆਂ ਛੋਟੀ ਛੋਟੀ ਉਹ ਹੈਮਰਾ ਦੇ ਦੋ ਲੰਬੀ ਨਾਲੋਂ ਮੁਖਿਆ ਜੀ ਮੈਂ ਬੰਦੋਰ ਹਾਂ ਤਾਂ ਸ਼ੁਕਰ ਬੰਦੋਰ ਆਰਸ ਅੱਛਾ ਇਹ ਆਂਦਾ ਵੀ ਸਾਰੇ ਟਮਾਟਰ ਹੀ ਆ ਆ ਕਹਿੰਦਾ ਸਾਰੇ ਟਮਾਟਰ ਲੱਗੇ ਆ ਸਾਰੇ ਟਮਾਟਰ ਤੇ ਸਬਜ਼ ਮਿਰਚਾਂ ਲੱਗੀਆਂ ਸਬਜ਼ ਮਿਰਚਾਂ ਟਮਾਟਰ ਵਾਟ ਸਬਜ਼ ਮੌਸਮੀ ਜਿਹੜਾ ਗੈਰ ਮੌਸਮੀ ਜਿਹਨੂੰ ਸਬਜ਼ੀ ਲੈਂਦੇ ਆ ਨਾ ਤੇ ਫਿਰ ਇਸ ਤਰ੍ਹਾਂ ਛੱਤਾਂ ਬਣਾ ਕੇ ਦਿੰਦਾ ਤੇ ਆਪਣੇ ਜਿਵੇਂ ਛਾਪਰ ਪਾ ਦਿੰਦੇ ਆ ਹਾਂਜੀ ਇਹਨਾਂ ਨੇ ਤਰਤੀਬ ਇਹਨਾਂ ਪ੍ਰੋਪਰ ਉਹ ਪੂਰਾ ਉਹ ਫਾਈਬਰ ਬਣਾਤਾ ਫਾਈਬਰ ਦੇ ਸ਼ੈੱਡ ਬਣਾਤੇ ਆ ਵੀ ਉਹ ਤੀਨ ਹੀ ਹਾਂਜੀ ਹੁਣ ਨਾ ਪੰਜਾਬੀ ਚ ਨਾ ਆਪਾਂ ਕਹੋਗੇ ਫਿਰ ਦੱਸਾਂਗੇ ਵੀਡੀਓ ਵਿੱਚ ਵੀ ਕੀ ਕਹਿੰਦੇ ਆ ਤੀਨ ਨੂੰ ਅੱਛਾ 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 ਅਸੀਂ ਤੀਨ ਕਹੀ ਜਾਂਦੇ ਆ ਹਾਂ ਤੀਨ ਕਹੀ ਜਾਂਦੇ ਉਹ ਰੱਸੀ ਚ ਪਾਈਆਂ ਹੁੰਦੀਆਂ ਮੈਨੂੰ ਨਾ ਬੋਲ ਅੰਜੀਰ ਅੰਜੀਰ ਅੱਛਾ ਅੱਛਾ ਇੱਥੇ ਫਰੈਸ਼ ਹੁੰਦੀ ਹੈ ਗ੍ਰੀਨ ਕਲਰ ਦੀ ਹੁੰਦੀ ਹੈ ਇਸ ਤਰ੍ਹਾਂ ਨਾ ਹਾਂ ਮੋਟੀ ਜਿਹੀ ਹੁੰਦੀ ਇੰਨੀ ਕ ਹਾਂ ਤੇ ਜਦੋਂ ਫਿਰ ਸੁਕਾ ਕੇ ਉਹ ਜਦੋਂ ਪਾਉਂਦੇ ਆ ਫਿਰ ਆਪਾਂ ਉਹਨੂੰ ਅੰਜੀਰ ਕਹਿੰਦੇ ਆ ਅੱਛਾ ਨਾ ਸ਼ੇਖਾ ਆਪਣੇ ਦੀਆਂ ਫੋਟੋਆਂ ਲਾਈਆਂ ਜੀ ਕਬੂਤਰਾਂ ਦੇ ਵੀ ਸ਼ੌਕੀਨ ਨਹੀਂ ਆ ਰਹੇ ਨੇ ਕਬੂਤਰ ਵੀ ਤੋਤੇ ਵੀ ਬੜੇ ਰੱਖੇ ਨੇ ਉਧਰ ਹਾਂ ਕਬੂਤਰ ਵੀ ਰੱਖੇ ਆ ਕਬੂਤਰ ਲੱਕੇ ਆ ਇਹ ਉੱਡਣ ਵਾਲੇ ਨਹੀਂ ਇਹ ਦੂਏ ਹੀ ਆ ਉਧਰ ਵੀ ਰੱਖੇ ਨੇ ਉਹ ਵੀ ਲੱਕੇ ਆ ਵੀ ਕਬੂਤਰ ਬੜੇ ਸੋਹਣੇ ਚਿੱਟੇ ਜੇ ਸਾਡੇ ਕਬੂਤਰ ਵਾਇਆ ਨਾਲ ਜੋੜਾ ਤੇ ਮੰਗਾ ਦਿਓ ਸਾਨੂੰ ਉਹਨਾਂ ਕਹਿੰਦਾ ਜੋੜਾ ਮੰਗਾ ਦਿਓ ਆਹ ਕਬੂਤਰ ਬਹੁਤ ਸੋਹਣੇ ਸਾਰੇ ਚਿੱਟੇ ਵੇਖ ਲਓ ਆਓ ਜੀ ਚਿੱਟੇ ਕਬੂਤਰ ਸਾਰੇ ਕਿੱਡੇ ਸੋਹਣੇ ਇਹ ਦੇਖੋ ਕਿ ਰਮਲ ਆ ਜਿਹਦੇ ਵਿੱਚ ਕੋਈ ਚੀਜ਼ ਨਹੀਂ ਹੁੰਦੀ ਹਾਂ ਰੇਤ ਆ ਹਾਂ ਰੇਤ ਦੇ ਵਿੱਚ ਲੇਕਿਨ ਇਹਨਾਂ ਨੇ ਇੰਤਜ਼ਾਮ ਦੇਖੋ ਕਿਸ ਤਰ੍ਹਾਂ ਕੀਤਾ ਵੀ ਇਕੱਲਾ ਪਾਇਪ ਸਾਰਾ ਪਾਇਪ ਟੂ ਪਾਇਪ ਪਾਣੀ ਦਿੰਦੇ ਨੇ ਇੱਕ ਇੱਕ ਚੀਜ਼ ਨੂੰ ਉਨੀ ਕੁ ਜਗ੍ਹਾ ਦੇ ਵਿੱਚ ਮਿੱਟੀ ਚੇਂਜ ਕਰਕੇ ਥੋੜ੍ਹੀ ਜੀ ਹਾਂ ਇਹਨਾਂ ਪਾਈਪਾਂ ਦੇ ਥਰੂ ਪਾਣੀ ਮਿਲਦਾ ਇਹਨਾਂ ਚੀਜ਼ਾਂ ਨੂੰ ਅੱਛਾ ਬਾਹਰ ਜਿਹੜੇ ਟੈਂਕ ਲਾਏ ਆ ਪਾਣੀ ਉਧਰ ਦੇ ਪਾਣੀ ਉਧਰ ਦੇ ਤੇ ਪਾਣੀ ਲਿਆਉਂਦੇ ਕਿੱਥੋਂ ਬਾਹਰੋਂ ਪਾਣੀ ਥੱਲੇ ਲਾਏ ਇਹਨਾਂ ਨੇ ਬੋਰ ਕੀਤੇ ਨੇ ਬੋਰ ਕੀਤੇ ਠੀਕ ਬਹੁਤ ਸੋਹਣਾ ਬਣਾਇਆ ਇਹਨਾਂ ਨੂੰ ਮਜ਼ਰੇ ਆਉਂਦੇ ਜੀ ਇੱਥੇ ਲੋਕ ਆ ਕੇ ਆਪਣੀਆਂ ਪਾਰਟੀਆਂ ਕਰਦੇ ਨੇ ਬਰਥਡੇ ਪਾਰਟੀ ਕਿਸੇ ਦੀ ਹੋ ਗਈ ਕੋਈ ਫੰਕਸ਼ਨ ਹੋ ਗਿਆ ਕੋਈ ਸ਼ਾਦੀ ਦਾ ਫੰਕਸ਼ਨ ਹੋ ਗਿਆ ਅੱਛਾ ਰੱਖਿਆ ਕੰਮ ਬਣਾਇਆ ਤੇ ਨਾ ਵੀ ਮਤਲਬ ਵੀ ਸ਼ੌਕੀਆ ਹੀ ਆ ਸਬਜ਼ੀਆਂ ਸੁਜ਼ੀਆਂ ਲਾਈਆਂ ਤੇ ਨਾਲ ਫਿਰ ਰੈਂਟ ਆਊਟ ਵੀ ਕਰਦੇ ਹਾਂ ਜੀ ਅਸਲ ਮਕਸਦ ਇਹਨਾਂ ਦਾ ਇਹ ਹੈ ਨਾ ਕਿ ਚਲੋ ਆਪਣਾ ਨਾਲ ਕੰਮ ਚੱਲ ਰਿਹਾ ਵਾ ਆਪਣਾ ਉਹਨਾਂ ਦਾ ਮਜ਼ਰਾ ਫਾਰਮ ਉਹਨਾਂ ਦਾ ਬਣਿਆ ਬਿਹਤਰੀਨ ਆਪ ਇੱਥੇ ਵੀਕਐਂਡ ਆ ਕੇ ਇੰਜੋਏ ਕਰਦੇ ਨੇ ਨਾਲ ਰੈਂਟ ਆਊਟ ਕਰ ਦਿੰਦੇ ਨੇ ਸੇਮ ਲਾਈਕ ਜਿਵੇਂ ਇੰਡੀਆ ਪੰਜਾਬ 'ਚ ਨਾ ਇਸ ਤਰ੍ਹਾਂ ਬਣਾਏ ਉਹਨਾਂ ਨੇ ਪੁਰਾਣੇ ਹਵੇਲੀਆਂ ਟਾਈਪ ਡੇਰੇ ਹਾਂਜੀ ਤੇ ਨਿਆਣੇ ਲਾ ਤੇ ਇਹਨਾਂ ਨੇ ਖੇਡਣ ਨਿਆਣੇ ਜਿਹੜੇ ਆਉਂਦੇ ਨਾ ਵੀ ਨਿਆਣੇ ਸਤਾਉਣ ਨਾ ਆਉਂਦੇ ਝੂਲਿਆਂ ਨੂੰ ਲੱਗ ਪੈਣ ਨਿਆਣੇ ਲਈ ਲਹਿਦਾ ਬਣਾਇਆ ਉਹਨਾਂ ਨੇ ਇੱਕ ਦੇਖੋ ਪਲੇਇੰਗ ਏਰੀਆ ਹਾਂ ਖੇਡਣ ਲਈ ਉਹਨਾਂ ਨੇ ਲਹਿਦਾ ਇੱਕ ਬੱਚੇ ਨੇ ਵੱਖਰਾ ਬਣਾਇਆ ਔਰ ਆਪਣੀ ਉਹਨਾਂ ਨੇ ਸਕਾਫਤ ਦੇ ਮੁਤਾਬਕ ਦੇਖੋ ਰਮਲ ਵੀ ਥੱਲੇ ਛੱਡ ਕੇ ਉਹਨਾਂ ਨੇ ਹਰ ਚੀਜ਼ ਉਦਾਂ ਬਣਾਈ ਹੈ ਹਾਂ ਨਾ ਰੇਤ ਥੱਲੇ ਛੱਡੀ ਭਾਵੇਂ ਝੂਲੇ ਨਹੀਂ ਰੇਤ ਪਰ ਰੱਖੀ ਹੈ ਵੀ ਨਿਆਣੇ ਰੇਤ 'ਚ ਖੇਡਣ ਤੇ ਖੇਡਣ ਨਿਆਣੇ ਰੇਤ 'ਚ ਵੀ ਹਾਂ ਜੀ ਐ ਉਹਨਾਂ ਨੇ ਮਜਲਸ ਬਣਾਈ ਹੈ ਬਾਹਰ ਬੈਠਣ ਲਈ ਐ ਬਣ ਗਈ ਜੀ ਮਜਲਸ ਇਹਨਾਂ ਨੂੰ ਆ ਇਹਨੂੰ ਮਜਲਸ ਕਹਿੰਦੇ ਆ ਹਾਂ ਜੀ ਇਹ ਬਾਹਰ ਬੈਠਣ ਲਈ ਇਹਨਾਂ ਨੇ ਇੱਥੇ ਇਹ ਥੱਲੇ ਬੈਂਦੇ ਸਾਰੇ ਹਾਂ ਜੀ ਉੱਪਰ ਵੀ ਮਜਲਸ ਹੀ ਬਣੀ ਹੈ ਉਹ ਵੀ ਮਜਲਸ ਉੱਤੇ ਵੀ ਜ਼ਿਆਦਾ ਬਣਾਈ ਹੈ ਮਜਲਸ ਬਾਕੀ ਸੋਫੇ ਸੋਫੇ ਰੱਖੇ ਨੇ ਇਹ ਪਤਾ ਨਹੀਂ ਕਵਰ ਸੇਵਰ ਪਾਏ ਨੇ ਚਲੋ ਬਹੁਤ ਸੋਹਣਾ ਬਣਾਇਆ ਲਓ ਜੀ ਕਿਸੇ ਨੇ ਰੈਂਟ ਤੇ ਲੈਣਾ ਹੋਵੇ ਨਾ ਅਬੂ ਧਾਬੀ ਤੇ ਇਹ ਵੀ ਲੈ ਕੇ ਇੱਥੇ ਕੋਈ ਫੰਕਸ਼ਨ ਵੀ ਕਰ ਸਕਦੇ ਇਦਾਂ ਹੀ ਹਾਂਜੀ ਹਾਂਜੀ ਕਿਉਂ ਨਹੀਂ ਰਾਬਤਾ ਕਰ ਲੈ ਆ ਇਹਨਾਂ ਦਾ ਆ ਗਿਆ ਅੰਦਰਲਾ ਮਾਹੌਲ ਇਹਨੂੰ ਵੀ ਮਜਲਸ ਹੀ ਆਉਂਦੇ ਜੀ ਹਾਂਜੀ ਇਹ ਮਜਲਸ ਹੈ ਜੀ ਹਾਂ ਇਨਡੋਰ ਮਜਲਸ ਆ ਆ ਗਈ ਜੀ ਇਨਡੋਰ ਮਜਲਸ ਮਜਲਸ ਅਸਲਾਮ ਵਾਲੇਕੁਮ ਆ ਚਾਚਾ ਬੈਠਾ ਆਪਣਾ ਔਰ ਡਾਕਟਰ ਦੇ ਜ਼ਬੈਰ ਇਹ ਮੈਂ ਆ ਮੈਂ ਪਛਾਣਦੇ ਜੀ ਹਾਂ ਇੱਧਰ ਇੱਕ ਹੋਰ ਬਣਾਇਆ ਇਹ ਵੀ ਮਜਲਸ ਸੀ ਨਹੀਂ ਇਹ ਬੈਡਰੂਮ ਹਾਂਜੀ ਠੀਕ ਹੈ ਅੱਛਾ ਵੀ ਜਿਹੜੇ ਕੋਈ ਮਹਿਮਾਨ ਆ ਉਹਨਾਂ ਵਾਸਤੇ ਇੱਕ ਮੇਰਾ ਤਿੰਨ ਬੈਡਰੂਮ ਕਿ ਦੋ ਤਿੰਨ ਬੈਡਰੂਮ ਹਾਂ ਬਹੁਤ ਵਧੀਆ ਕਮਾਲ ਕੀਤੀ ਬਾਈ ਜੰਗਲ ਚ ਮਗਰ ਪਿੰਡ ਚ ਪੂਰਾ ਫਾਈਵ ਸਟਾਰ ਬਣਾਇਆ
ਲੋ ਵੀ ਮਜਲਿਸ ਹੀ ਆ ਕੇ ਗਏ ਆ ਬਹਿ ਆਪਾਂ ਤੇ ਇੱਧਰ ਆ ਗਿਆ ਸਮਾਨ ਹੈ ਅਫਤਾਰੀ ਦਾ ਹਾਂਜੀ ਅਸਲਾਮ ਅਲੈਕੁਮ ਵੱਡੀਆਂ ਪਲੇਟਰੇਵਾਂ ਦੇ ਵਿੱਚ ਜ਼ਬੈਰ ਲੈ ਅਮਰੂਦ ਅਮਰੂਦ ਦਬਈ ਦੇ ਅਮਰੂਦ ਦਬਈ ਇਹ ਲੱਗਦੇ ਵੀ ਦਬਈ ਦੇ ਆ ਦਬਈ ਦੇ ਅਮਰੂਦ ਹੁਣ ਆ ਗਿਆ ਜੀ ਸਫਰਾ ਇਹਨਾਂ ਦਾ ਟ੍ਰੈਡੀਸ਼ਨਲ ਸਫਰਾ ਵਿਛਾ ਕੇ ਤੇ ਫਿਰ ਉੱਤੇ ਚੀਜ਼ਾਂ ਰੱਖਣੀਆਂ ਹੁੰਦੀਆਂ ਨਾ ਦਸਤਰਖਾਨ ਪੂਰਾ ਜਿਸੀਆਂ ਇਹਨਾਂ ਦੇ ਦਸਤਰਖਾਨ ਨੇ ਸਫਰਾ ਸੁਫਰਾ ਇਹ ਸਫਰਾ ਲੱਸੀ ਆ ਗਈ ਇਹਦੇ ਨਾਲ ਖਜੂਰਾਂ ਇੱਧਰ ਦੁੱਧ ਅਫਤਾਰੀ ਦਾ ਟਾਈਮ ਲੱਗ ਗਿਆ ਨਾ ਲੋ ਵੀ ਮਜਲਿਸ ਲੱਗ ਗਈ ਪੂਰੀ ਤੇ ਪ੍ਰਾਹੁਣੇ ਆ ਗਏ ਆ ਹੋਰ ਰੋਜ਼ਾ ਵੀ ਖੋਲਣ 'ਚ ਰਹਿ ਗਿਆ ਇੱਕ ਮਿੰਟ ਤੇ ਇੱਧਰ ਅਰਬੀ ਇਕੱਠੇ ਬੈਠੇ ਆ ਇੱਧਰ ਪੰਜਾਬੀ ਬੈਠੇ ਆ ਪੰਜਾਬ ਵਾਲੇ ਤੇ ਇੱਧਰ ਪਠਾਨ ਖਾਨ ਸਾਹਿਬ ਨੇ ਸਾਡੇ ਤੇ ਹੁਣ ਖੁੱਲ੍ਹਣਾ ਦਾ ਰੋਜ਼ਾ ਤੇ ਬਾਕੀ ਗੱਲਾਂ ਆਪਾਂ ਕਰਦੇ ਹਾਂ ਰੋਜ਼ਾ ਖੋਲ੍ਹਣ ਤੋਂ ਬਾਅਦ ਲੋ ਜੀ ਹੁਣ ਆ ਗਈ ਆ ਰੋਟੀ ਦਾ ਸਮਾਨ ਵੀ ਖਾਣ ਪੀਣ ਵਾਲਾ ਅਰਬੀਆਂ ਵਾਲਾ ਸਾਰਾ ਕੁਛ ਦਾਲਾਂ ਦੁਲਾਂ ਚੰਗਾ ਅਸੀਂ ਚੱਲੇ ਆ ਜਾਈਏ ਫਿਰ ਮਿਲੇਗਾ ਸਾਨੂੰ ਕਦੋਂ ਮਿਲੇਗਾ ਛੁੱਟੀ ਕੇ ਦਿਨ ਛੁੱਟੀ ਕੇ ਦਿਨ ਇਹ ਪੰਜਾਬੀ ਚ ਹੈਗਾ ਨਾ ਕਿੱਧਰ ਮਿਲੇਗਾ ਕਿੱਧਰ ਮਿਲੇਗਾ ਇੱਧਰ ਛੁੱਟੀ ਵਾਲੇ ਦਿਨ ਅੱਛਾ ਪਸ਼ਤੋ ਪਸ਼ਤੋ ਚ ਸਾਡਾ ਵੈਲਕਮ ਕਰੇਗਾ ਪੰਜਾਬੀ ਚ ਪਸ਼ਤੋ ਚ ਵੈਲਕਮ ਕਰੇਗਾ ਪੰਜਾਬੀ ਚ ਪਸ਼ਤੋ ਸੇ ਮੇਰਾ ਪਸ਼ਤੋ ਨੂੰ ਪ੍ਰੈਫਰ ਕਰਦਾ ਆਂਦਾ ਮੇਰੀ ਚਲੇ ਜੀ ਸ਼ੁਕਰੀਆ ਬਹੁਤ ਸ਼ੁਕਰੀਆ ਸਰ ਸ਼ੁਕਰੀਆ ਤੁਹਾਡਾ ਬਹੁਤ ਸ਼ੁਕਰੀਆ ਸਲਾਮ ਤੋ ਕਰ ਲੋ ਇਧਰ ਵੀ ਕੈਮਰੇ ਮੇ ਵੀ ਕਰ ਦੋ ਸਲਾਮ ਸਬਕੋ ਜੋ ਪਹਿਲੇ ਬੋਲ ਰਹੇ ਥੋ ਬੋਲ ਦੋ ਵੀਡੀਓ ਕੋ ਕਿਆ ਕਰਨਾ ਸਬਸਕ੍ਰਾਈਬ ਕਰ ਲੋ ਲਾਈਕ ਕਰ ਲੋ ਲਾਈਕ ਕਰਨਾ ਨਹੀਂ ਭੁੱਲਣਾ ਲਾਈਕ ਔਰ ਸਬਸਕ੍ਰਾਈਬ ਕਰਕੇ ਜਾਣਾ ਠੀਕ ਹੈ ਅੱਲਾ ਹਾਫਿਜ਼ ਮੁੰਡਾ ਦੇ ਐਕਸਪਰਟ ਹੈ ਪੂਰਾ ਲਓ ਜੀ ਸਾਡਾ ਅੱਜ ਦਾ ਵਲੌਗ ਹੋ ਗਿਆ ਪੂਰਾ ਤੇ ਰੋਟੀ ਰੋਟੀ ਖਾ ਕੇ ਇਫਤਾਰੀ ਕਰਕੇ ਤੁਰ ਪਏ ਆਪਾਂ ਦੁਬਈ ਵੱਲ ਨੂੰ ਤੇ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ ਰੱਬ ਰੱਖ